ਆਈ ਕਿਸਾਨ ਆ ਇਨੋਵੇਟਿਵ ਕਿਸਾਨ ਬਟ ਇਹਦਾ ਜਿਹੜੇ ਥੀਮ ਆ ਉਹ ਜੇ ਜਵਾਨ ਜੇ ਕਿਸਾਨ ਆ ਜੇ ਜਵਾਨ ਦੀ ਹਿੰਮਤ ਹੁੰਦੀ ਆ ਉਹਦਾ ਹੌਸਲਾ ਹੁੰਦਾ ਤੇ ਉਹਦੇ ਤਾਕਤ ਹੁੰਦੀ ਤੇ ਉਹ ਮੇ ਸਪੋਰਟੇ ਖੜਾ ਰੰਦਾ ਚ ਬਾਰਿਸ਼ ਹੋ ਜਾਏ ਬਰਫ ਹੋ ਜਾਏ ਕੁਝ ਵੀ ਹੋ ਜਾਏ ਜੇ ਕਿਸਾਨ ਨੇ ਵੀ ਉਹ ਹਿੰਮਤ ਹੁੰਦੀ ਉਹਨੂੰ ਪਤਾ ਨਹੀਂ ਆਪਣੀ ਫਸਲ ਕੀ ਕਵਧੀ ਹੋਣੀ ਅੱਗੇ ਦੀ ਪਰ ਫਿਰ ਖੜਾ ਰੰਦਾ ਸੋ ਕਰਨ ਲਈ ਜੇ ਦੀ ਉਹ ਜੀ ਹਿੰਮਤ ਹੈ ਦੀ ਉਹ ਜੀ ਸਟਰੈਂਥ ਹੈ ਹਮੇਸ਼ਾ ਦਾ ਖੜਾ ਰਹੂਗਾ ਆਲ ਵਨ ਕਿ ਹੈ ਸੀਜ਼ਨਲ ਐਵਰੀ ਸੀਜ਼ਨਲ ਹੈ ਮਤਲਬ ਸਦਾ ਬਹਾਰ ਹੈ ਵੈਂਕਾ ਇਹਨੂੰ ਬਣਾਉਣ ਚੁਲ ਇੱਕ ਹਫਤਾ ਲੱਗਿਆ ਇਸ ਸੈਟਿੰਗ ਚ ਕਿਉਂਕਿ ਆਰ ਐਨ ਡੀ ਹੀ ਫਿਰ ਢਾ ਦੇ ਨਹੀਂ ਤਾਂ ਚੈੱਕ ਵੀ ਕੀਤਾ ਹੀ ਸਾਰ ਤੇ ਪਾਸ ਹੀ ਹੋਇਆ ਹਰ ਪੁਆਇੰਟ ਚੈੱਕ ਕੀਤਾ ਕਿ ਕਿੱਦਾਂ ਚੱਲਦਾ ਹੈ ਕਿੱਦਾਂ ਨਹੀਂ ਚੱਲਦਾ ਤੇ ਪਾਸ ਹੋਇਆ ਇਹ ਪਰਵੈਂਕ ਜਿਹੜਾ ਇਹਦੀ ਬੋਡੀ ਹੈ ਜਿਹੜੀ ਪੀ ਵੀ ਸੀ ਪਾਈਪ ਨੂੰ ਮੋਲਡ ਕਰਕੇ ਕੀਤਾ ਗਿਆ 2 ਇੰਚ ਦੀ ਪੀ ਵੀ ਸੀ ਸਾਈਪ ਹੈ ਨੂੰ ਗਰਮ ਕਰਕੇ ਫਲਾਕੇ ਹੋ ਕੀਤਾ ਗਿਆ ਹੈ ਜਿਹਦੇ ਅੰਦਰ ਪੈਂਦੀ ਹੈ ਲਿਥੀਅਮ ਆਨ ਬੈਟਰੀ ਇਹਦਾ ਕੇਸ ਹੈ ਮਤਲਬ ਲੱਕੜ ਦਾ ਵੀ ਕਰ ਸਕਦੇ ਇਹ वुਡ ਫਿਨਿਸ਼ ਬਟ ਉਹ ਇਹਦਾ ਤਾਂ ਪਾਣੀ ਨਾਲ ਉਹ ਸੇਵ ਨਹੀਂ ਆ ਉਹ ਲੋ ਸਦਾ ਬਾਹਰ ਨੀਓ ਸਦਾ ਉਹ ਫਿਟ ਨਹੀਂ ਆ ਪਰੇ ਹੀ ਅਲੂਮਿਨਿਅਮ ਸਟੀਲ ਦਾ ਵੀ ਕਰ ਸਕਦੇ ਹਾਂ ਪਰ ਉਹ ਆਈਸੋਲੇਟ ਨਹੀਂ ਹੁੰਦਾ ਕਰੰਟ ਦਾ ਰਿਸਕ ਹੈ ਜੇ ਸਭ ਤੋਂ ਬੈਸਟ ਜੇ ਲਗਾ ਪੀਵੀਸੀ ਪਾਈਪ ਹੀ ਹੈ ਦੇਰ ਸ਼ੌਕ ਪ੍ਰੂਫ ਵੀ ਹੈ ਵਾਟਰ ਪ੍ਰੂਫ ਵੀ ਹੈ ਸਦਾ ਬਾਰ ਵੀ ਹੈ ਤੇ ਮਲਫ ਕਰੀ ਗੇਰ ਵੀ ਆਏ ਤੇ ਬ੍ਰੇਕ ਬ੍ਰੇਕ ਪ੍ਰੂਫ ਵੀ ਹੈ ਇਹ ਪਾਰ ਬੈਂਕ ਦੀ ਬੈਟਰੀ ਦਾ ਸਾਮਨ ਲੈ ਇਹ ਦੇ ਨੋਰਮਲ smartphone ਆ ਹੁੰਦੇ ਉਹਦੀ ਬੈਟਰੀ ਦਾ ਸਾਮਨ ਲੈ ਤੇਨ ਵਾਰ ਉਪਰ ਚਾਰਜ ਕਰ ਦੇਣਗੇ ਤੇ ਇਹਦੇ ਨਾਲ ਇਕੱਠੇ ਦੋ ਫੋਨ ਚਾਰਜ ਹੋ ਸਕਦੇ ਆ ਤੇ ਇਹਦੇ ਅੰਦਰ 10000 mAh ਹੈ ਬੈਟਰੀ ਤੇ ਇਹਨੂੰ ਚਾਰਜ ਹੋਣ ਚ ਲੱਗਦਾ ਹੈ ਤਿੰਨ ਤੋਂ ਚਾਰ ਘੰਟੇ ਹੁਣ ਤੇ ਕਈ 20 25 ਪੀਸਸ ਪਾਵਰ ਬੈਂਕ ਫ੍ਰੀ ਦੇ ਕਿਸਾਨਾਂ ਨੂੰ ਵੰਡੇ ਜਾ ਰਹੇ ਨੇ ਦਿੱਲੀ ਵੀ ਇਥੇ ਅਮ੍ਰਿਤਸਰ ਤੋਂ ਹਰੇ ਕਿਸਾਨਾਂ antisense ਕਿਉਂਕਿ ਪੰਜਾਬ ਤੇ ਸਾਰਾ ਕਿਸਾਨਾਂ ਦਾ ਹੀ ਆ ਇਹ ਹੈਗਾ ਕਿ ਜਿਹੜੇ ਅੰਦੋਲਨ ਜਿਹੜੇ ਅੰਦੋਲਨ ਕੇ ਸਾਰੇ ਕਿਸਾਨ ਜਿਹੜੇ ਜਾ ਰਹੇ ਆ ਹੁਣ ਇੱਕ ਇੱਕ ਟਰਾਲੀ ਜਿੱਦਾਂ ਪਿੰਡੋਂ ਜਾ ਰਹੀ ਹੈ ਘਟੋ ਘਟ ਇੱਕ ਟਰਾਲੀ ਨੂੰ ਵੀ ਅਸੀਂ ਦੇ ਦਿੱਤਾ ਮਤਲਬ ਇਹਦਾ ਮਤਲਬ ਉਹ ਚ ਅੱਠ-ਅੱਠ ਤੋਂ 10 ਕਿਸਾਨ ਹੁੰਦੇ ਨੇ ਤੇ ਉਹ ਸਾਰੇ ਇੱਕ ਵਾਰ ਚ ਸਕਦੇ ਆ ਜਿਹੜਾ ਇੱਕ ਗਰੁੱਪ ਪਿੰਡੋਂ ਗਿਆ ਉਹ ਇੱਕ ਵਾਰ ਸਕਦਾ ਉਹਦਾਂ ਅਸੀਂ ਦੇ ਰਹੇ ਆ ਇੱਕ ਘਟੋ ਘਟ ਇੱਕ ਯੂਨਿਟ ਕਿੰਨੇ ਆ ਇੱਕ ਯੂਨਿਟ ਇੱਕ ਸਮਾਂ ਲਈ ਉਹ ਅਹੀਂ ਚੋਨੇ ਕਿ ਹਰ ਯੂਨਿਟ ਪੰਜੜੀ ਹੈਗੀ ਜਿਹੜੀ ਪੰਜਾਬ ਤੋਂ ਜਾ ਰਹੀ ਹੈ ਇੱਥੋਂ ਜਾ ਰਹੀ ਹੈ ਉਹਨਾਂ ਨੂੰ ਅਸੀਂ ਦੇ ਸਕੀਏ ਏਕਮ ਟੀਵੀ ਦੇਖ ਰਹੇ ਸਾਰੇ ਦਸ਼ਕਾ ਦਾ ਹੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ ਕਿਸਾਨੀ ਸੰਗਠਨ ਵਿੱਚ ਜਿੱਥੇ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ ਉੱਥੇ ਅੱਜ 14 ਸਾਲ ਦਾ ਅਮਰਸਾਦ ਰਹਿਣ ਵਾਲਾ ਬੱਚਾ ਗੁਰਜੋਤ ਜਿਹੜਾ ਕੀ ਕਿਸਾਨਾਂ ਵਾਸਤੇ ਪਾਵਰ ਬੈਂਕ ਬਣਾ ਕੇ ਜਿਹੜੇ ਆ ਵੱਡੀ ਸਿਹਤਿਆ ਦਾ ਵਿੱਚ ਕਿਸਾਨੀ ਸੰਗਠਨ ਵਿੱਚ ਬੇਦ ਆਏ ਗੁਰਜੋਤ ਸਾਡੇ ਨਾਲ ਗੱਲਬਾਤ ਕਰਨ ਗੁਰੋ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਏਕਮ ਟੀਵੀ ਵਿੱਚ ਏਕਮ ਟੀਵੀ ਦੇ ਸਾਰੇ ਦਸ਼ਕਾ ਨੂੰ ਪੈਰ ਪੈਰੀ ਸਤਿ ਸ਼੍ਰੀ ਅਕਾਲ ਗੁਰੋ ਜੀ ਕਿਸ ਤਾ ਤੁਹਾਡੇ ਜਹਨ ਚ ਆਇਆ ਵੀ ਤੁਸੀਂ ਜਿਹੜੇ ਪਾਵਰ ਬੈਂਕ ਬਣਾ ਕੇ ਜਿਹੜ ਪਿਛਲੇ 5 ਮਿੰਟਾਂ ਜੇ ਲਗਾਤਾਰ ਜਿਹੜੇ ਕਿਸਾਨ ਅੰਦੋਲਨ ਹੈ ਇਹਨਾਂ ਜੁੜੇ ਪਏ ਆ ਤੇ ਹੁਣ ਫਿਲਹਾਲ ਇਹ ਦਿੱਲੀ ਵੀ ਹੋ ਕੇ ਆਇਆ ਮੇਰੇ ਪਪਾ ਨਾਲ ਮੈਂ ਗਿਆ ਹੀ ਚੋ ਚੋ ਸਾਰੀ ਚੀਜ਼ਾਂ ਪ੍ਰੋਵਾਈਡਡ ਹੈ ਜਿਹੜਾ ਖਾਣਾ ਵਾ ਪੀਣਾ ਵਾ ਸਭ ਕੁਝ ਪ੍ਰੋਵਾਈਡਡ ਹੈ ਮੈਨੂੰ ਦੇ ਲੋ ਨੇ ਪ੍ਰੋਬਲਮ ਮਤਲਬ ਜਿਹੜੀ ਪ੍ਰੋਬਲਮ ਹਾਨੂੰ ਮਿਲੀ ਹੈ ਉਹ ਵਾ ਕਿ ਉਹਨਾਂ ਨੂੰ ਕਨੈਕਟੀਵਿਟੀ ਪ੍ਰੋਬਲਮ ਜਿਹੜੀ ਹੁੰਦੀ ਆ ਫੋਨ ਲੋਕ ਬੈਟਰੀ ਕਰਕੇ ਉੱਥੇ ਮਤਲਬ ਇਹਨੇ ਲੱਖਾਂ ਦੇ ਸਦਾ ਤੇ ਲੋਕ ਗਏ ਆ ਜੋਥੇ ਦੇ ਰੋਡ ਤੇ ਕੋਈ ਚਾਰਜਰ ਹੀ ਨਾ ਅਵੇਲੇਬਲ ਵੀ ਨਾ ਗਵਰਨਮੈਂਟ ਨੇ ਵੀ ਕੋਈ ਇਲੈਕਟ੍ਰਿਸਿਟੀ ਪ੍ਰੋਵਾਈਡ ਦੀ ਕਰਾਈ ਨਹੀਂ ਆ ਤੇ ਉਥੇ ਲੱਗੇ ਦੇ ਦੇ ਕਰਨਾ ਹੁੰਦੀਆਂ ਉਥੇ ਦੋ ਤਿੰਨ ਪੁਆਇੰਟ ਹੀ ਹੁੰਦੇ ਆ ਤੇ ਲੱਖਾਂ ਦੇ ਸਾਰੇ ਕਿਦਾ ਚਾਰਜ ਕਰਨਗੇ ਕੋਈ ਆਪਣੇ ਪਰਵਾਰ ਨਾਲ ਗਲਪ ਨਹੀਂ ਪਰ ਹੁੰਦਾ ਹਾਈਪਰ ਸਿਟੀ ਹੁੰਦੀ ਹੈ ਟੈਂਸ਼ਨ ਹੁੰਦੀ ਹੈ ਤੇ ਦੋ ਤਿੰਨ ਦਿਨਾਂ ਤੋਂ ਜ਼ਿਆਦਾ ਹੀ ਹੋ ਜਾਂਦਾ ਉਥੇ ਬਾਹਰ ਰਹਿੰਦੇ ਹੋਏ ਤੇ ਇੱਕ ਦੋ ਜਣਾਂ ਗੱਲ ਵੀ ਨਹੀਂ ਕਰ ਪਾਉਂਦੇ ਕੋਈ ਸਮਾਨ ਮੰਗਾਉਣਾ ਹੁੰਦਾ ਕਦੀ ਕੁਝ ਉਹ ਹੋ ਜੇ ਕੋਈ ਸਿਚੁਏਸ਼ਨ ਹੀ ਹੋ ਜੀ ਬਣ ਜਾਂਦੀ ਹੈ ਤੇ ਉਥੇ ਮਤਲਬ ਸਟੱਡੀ ਕੀਤਾ ਤੇ ਉਥੇ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੂੰ ਮਤਲਬ ਜਦ ਮਤਲਬ ਨਹੀ ਪੋਸਿਬਲ ਕਿ ਇਹਨੂੰ ਕਿ ਹਾਨੂੰ ਕੀ ਪਤਾ ਕਿ ਬਾਰੀ ਕੀ ਫਾਈਨੈਂਸ਼ੀਅਲ ਸਿਚੁਏਸ਼ਨ ਕੈਪ ਜੀ ਤੋ ਤਬ ਸਟੱਡੀ ਕੀਤਾ ਮੈਨੂੰ ਲੱਗਿਆ ਕਿ ਆਪਣੇ ਐਜੂਕੇਸ਼ਨ ਨਾਲ ਕਿਦਾਂ ਵੀ ਕਰਕੇ ਸੇਵ ਕਰਨਾ ਚਾਹੀਦਾ ਇੰਦਰੋਂ ਚ ਤੇ ਫਿਰ ਮੈਂ ਸਟੱਡੀ ਕੀਤਾ ਇਹਦਾ ਪਾਵਰ ਬੈਂਕ ਦਾ ਇਹਦੇ ਬੈਟਰੀਸ ਕਿਹੜੀ ਹੁੰਦੀ ਹੈ ਮਤਲਬ ਐਂ ਕਿਹੜਾ ਬੀਸੀਐਮ ਬੋਰਡ ਆ ਕਿਹੜੇ ਸਰਕਟ ਆ ਫਿਰ ਪਲਾਨ ਅਪ ਕੀਤਾ ਫਿਰ ਇਹਦਾ ਬਣਾ ਕੇ ਮਤਲਬ ਪੂਰਾ ਰੈਡੀ ਹੈ ਪ੍ਰੋਜੈਕਟ ਜੀ ਮੈਨੂੰ ਇਹ ਸੋਪੀ ਹੁਣ ਤੱਕ ਤੁਸੀਂ ਕਿੰਨੇ ਪਾਵਰ ਬੈਕ ਬਣਾ ਕੇ ਜਿਹੜਾ ਦੀਦੀ ਪਹਤਾ ਚੁੱਕੇ ਹੋ ਹੁਣ ਤੱਕ ਹੀ 20 25 ਪੀਸ ਪਾਵਰ ਬੈਂਕ ਫ੍ਰੀ ਦੇ ਕਿਸਾਨਾਂ ਨੂੰ ਬਨੈਸੋ ਵੀ ਇਸ ਪਾਵਰ ਬੈਂਕ ਬਣਾਉਣ ਨੂੰ ਕਿੰਨਾ ਸਮਾਂ ਲੱਗਦਾ ਵਾ ਤੇ ਕਿਹੜੀ ਕਿਹੜੀ ਚੀਜ਼ ਵਰਤੀ ਜਾਂਦੀ ਹੈ ਇਹ ਦੱਸੋ ਵੀ ਜਿਹੜੇ ਸੈੱਲ ਵਗੈਰਾ ਵਾ ਕਿਸ ਤਰ੍ਹਾਂ ਜਿਹੜੇ ਬਣਾਏ ਜਾਂਦੇ ਕਿੰਨੇ ਜਿਹੜੇ ਆ ਮੈਗਾਵਾਟ ਜਿਹੜੇ ਅਸੀਂ ਪਾਵਰ ਬੈਂਕ ਬਣਾਉਂਦੇ ਹਾਂ ਇਹ ਜਿਹੜਾ ਪਾਵਰ ਬੈਂਕ ਆ ਇਹਨੂੰ ਬਣਾਉਣ ਚ ਕੁੱਲ ਇੱਕ ਹਫ਼ਤਾ ਲੱਗਿਆ ਇਸ ਸਟਾਰਟਿੰਗ ਛੇ ਨੂੰ ਕਿਉਂਕਿ ਆਰ ਐਨ ਡੀ ਹੀ ਫਿਰ ਦਹਾ ਦੇ ਨੇ ਇਹਦਾ ਚੈੱਕ ਵੀ ਕੀਤਾ ਈ ਸਾਰਾ ਦੇ ਪਾਸ ਹੀ ਹੋਇਆ ਹਰ ਫੋਨ ਚ ਚੈੱਕ ਕੀਤਾ ਕਿ ਕਿੱਦਾਂ ਚੱਲਦਾ ਹੈ ਕਿੱਦਾਂ ਨਹੀਂ ਚੱਲਦਾ ਤੇ ਪਾਸ ਹੋਇਆ ਇਹ ਪਾਰ ਬੈਂਕ ਜਿਹੜਾ ਇਹਦੀ ਬੋਡੀ ਹੈ ਜਿਹੜੀ ਪੀ ਵੀ ਸੀ ਪਾਈਪ ਨੂੰ ਮੋਲਡ ਕਰਕੇ ਕਿੱਦਾਂ ਗਿਆ 2 ਇੰਚ ਦੀ ਪੀ ਵੀ ਸੀ ਦਾ ਪਾਈਪ ਹੈ ਇਹਨੂੰ ਗਰਮ ਕਰਕੇ ਫਲਾਕੇ ਉਹ ਕਿੱਦਾਂ ਗਿਆ ਤੇ ਇਹਦੇ ਅੰਦਰ ਪੈਂਦੀ ਹੈ ਲਿਥੀਅਮ ਆਨ ਬੈਟਰੀ ਇਹਦਾ ਕੇਸ ਹੈ ਇ ਮਤਲਬ ਲੱਕੜ ਦਾ ਵੀ ਕਰ ਸਕਦੇ ਇਹ ਵੁੱਡ ਫਿਨਿਸ਼ ਬਟ ਉਹ ਇਹਦਾ ਪਾਣੀ ਨਾਲ ਉਹ ਸੇਫ ਨਹੀਂ ਆ ਉਹ ਲੋ ਸਦਾ ਬਾਹਰ ਨਹੀਂ ਹੋ ਸਕਦਾ ਉਹ ਫਿਟ ਨਹੀਂ ਆ ਫਿਰ ਇਹ ਅਲੂਮਿਨਮ ਸਟੀਲ ਦਾ ਵੀ ਕਰ ਸਕਦੇ ਹਾਂ ਬਟ ਉਹ ਆਈਸੋਲੇਟ ਨਹੀਂ ਹੁੰਦਾ ਕਰੰਟ ਦਾ ਰਿਸਕ ਹੈ ਤੇ ਸਭ ਤੋਂ ਬੈਸਟ ਜੇ ਲੱਗਾ ਪੀਵੀਸੀ ਪਾਈਪ ਹੀ ਹੈ ਦੇਰ ਸ਼ੌਕ ਪ੍ਰੂਫ ਵੀ ਹੈ ਵਾਟਰ ਪ੍ਰੂਫ ਵੀ ਹੈ ਸਦਾ ਬਾਰ ਵੀ ਹੈ ਤੇ ਮਤਲਬ ਕਰੀ ਗਿਰ ਵੀ ਆਏ ਤੇ ਬ੍ਰੇਕ ਬ੍ਰੇਕ ਪ੍ਰੂਫ ਵੀ ਹੈ ਤੇ ਸਭ ਤੋਂ ਬੈਸਟ ਮੇਟੇ ਰਹਿਣ ਲਈ ਲੱਗਾ ਮਨੂਸਰ ਵੀ ਜਿਹੜਾ ਤੁਸੀਂ ਪਾਵਰ ਬੈਂਕ ਬਣਾਇਆ ਵਾ ਇਸ ਪਾਵਰ ਬੈਂਕ ਜਿੰਨੇ ਫੋਨ ਜਿਹੜੇ ਚਾਰਜ ਹੋ ਸਕਦੇ ਆ ਤੇ ਇਹਨੂੰ ਕਿੰਨਾ ਸਮਾਂ ਲੱਗਦਾ ਚਾਰਜ ਹੋਣ ਚ ਵੀ ਇਹ ਪਾਵਰ ਬੈਂਕ ਦੀ ਬੈਟਰੀ ਦੇ ਸਾਹਮਣੇ ਇਹ ਜੇ ਨਾਰਮਲ smartphones ਹੁੰਦੇ ਉਹਦੀ ਬੈਟਰੀ ਦੇ ਸਾਹਮਣੇ ਲੇ ਤਿੰਨ ਵਾਰ ਉਹ ਪੂਰੇ ਚਾਰਜ ਕਰ ਦੇ ਤੇ ਇਹਦੇ ਨਾਲ ਇਕੱਠੇ ਦੋ ਫੋਨ ਚਾਰਜ ਹੋ ਸਕਦੇ ਆ ਤੇ ਇਹਦੇ ਅੰਦਰ 10000 mAh ਚੈ ਬੈਟਰੀ ਤੇ ਇਹਨੂੰ ਚਾਰਜ ਹੋਣ ਚ ਲੱਗਦਾ ਹੈ 3 ਤੋਂ 4 ਘੰਟੇ ਠੀਕ ਹੈ ਮੈਨੂੰ ਜਸੂਪੀ ਤੁਹਾਡੀ ਤੁਹਾਡਾ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਤੇ ਕਿਸ ਤਰ੍ਹਾਂ ਢਾਡੇ ਵਿੱਚ ਇਨਾ ਜਿਹੜਾ ਸੰਘਰਸ਼ ਇਨਾ ਜਿਹੜਾ ਜਜ਼ਬਾ ਕਿਸ ਤਰ੍ਹਾਂ ਆਇਆ ਵੀ ਤੁਸੀਂ ਇਹ ਜਿਹੜੀ ਚੀਜ਼ ਕਿਸਾਨਿਆਂ ਨੂੰ ਜਿਹੜਾ ਦੇਖ ਕੇ ਆਈਏ ਮੈਂ ਰੈਂਡ ਇੰਟੈਂਸ ਸਕੂਲ ਅੰਬਰੇਸਾ 'ਚ ਪੜ੍ਹਦਾ ਮਾਂ ਪਹਿਲਾਂ ਬੰਗਲੌਰ ਵੀ ਸੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਸੇਮ ਬ੍ਰਾਂਚ ਰਹੀ ਇਹ ਬ੍ਰਾਂਚ ਨੇ ਜਿਹਦਾ ਨੂੰ ਮੋਟੀਵੇਟ ਕੀਤਾ ਕਿ ਡੀਆਈਵਾਈ ਡੂ ਇਟ ਯੋਰਸੈਲਫ ਕਿ ਤੇ ਡਿਪੈਂਡ ਹੋਣ ਦੇ ਪਹਿਲਾਂ ਖੁਦ ਕਰਕੇ ਵੇਖੋ ਕਿ ਵੀ ਤਾਂ ਖੁਦ ਹੀ ਹੋ ਜੇ ਕਿ ਤੇ ਵਧੀਆ ਹੋਵੇ ਬਿਲਕੁਲ ਮਿਲੋ ਹਮੇਸ਼ਾ ਡਿਪੈਂਡੈਂਟ ਨਾ ਰਹੋ ਖੁਦ ਕਰੋ ਕੁਝ ਵੀ ਟਰਾਈ ਨॉर्मਲ ਤੋਂ ਨॉर्मਲ ਚੀਜ਼ ਆਵੇ ਤੇ ਫਿਰ ਇਹਦਾ ਮਤਲਬ ਜਿਹੜਾ ਉਹ ਹੋਇਆ ਨ ਕਿ ਸੰਨ ਨੂੰ ਵੀ ਬਹੁਤ ਯੋਗਦਾਨ ਕਰਨਾ ਹੈ ਕਿਦਾਂ ਨ ਕਿਦਾਂ ਕਰਨਾ ਹੈ ਤੋਂ ਇਹ ਸੋਚਿਆ ਕਿ এডਿਕੇਸ਼ਨ ਜਿਹੜੀ ਮੈਨੂੰ ਮਿਲੀ ਹੁਣ ਤੱਕ ਜਿਹੜੀ ਮੇਰੇ ਸਕਿਲਸ ਆ ਕਿਦਾਂ ਕਰਕੇ ਉਹਨੂੰ ਯੂਜ਼ ਕਰਕੇ ਉਹਨਾਂ ਨੂੰ ਕਰਾ ਤੇ ਇਹਦੇ ਨਾਲ ਹੀ ਪਹਿਲਾਂ ਸਟੱਡੀ ਕੀਤਾ ਫਿਰ ਉਹਦਾ ਪਾਵਰ ਬੈਂਕ ਤੇ ਬੈਸਟਰੀਆ ਠੀਕ ਹੈ ਮਤਲਬ ਮੈਨੂੰ ਐਸਓਪੀ ਤੁਸੀਂ ਕਿੰਨਾ ਸਮਾਂ ਲੱਗ ਜਾਂਦਾ ਤੁਹਾਨੂੰ ਪਾਵਰ ਬੈਂਕ ਬਣਾਉਣ ਨੂੰ ਕਿੰਨਾ ਕੰਨਾ ਟਾਈਮ ਤੁਸੀਂ ਕੰਮ ਕਰਦੇ ਹੋ ਪਾਵਰ ਬੈਂਕ ਬਣਾਉਣ ਚ ਇਹ ਤਾਂ ਸਿਰਫ ਪਾਰਟ ਟਾਈਮ ਜਾਂ ਦਿੱਦਾ ਕਿ ਐਨਜਾਇਮੈਂਟ ਟਾਈਮ ਹੂੰ ਮਤਲਬ ਜਿਹੋ ਨਹੀਂ ਕਿ ਕੰਪਲਸਰੀ ਕਿ ਇਦਾਂ ਕਰਨਾ ਐਨਜਾਇਮੈਂਟ ਆ ਦੇ ਕਿਸਾਨਾ ਨੂੰ ਪ੍ਰੋਵਾਈਡ ਕਰਨਾ ਕੁਝ ਅੰਦਾ ਤੈਨੂੰ ਕੁਝ ਪ੍ਰੋਵਾਈਡ ਕਰਨਾ ਉਹ ਬਹੁਤ ਵਧੀਆ ਮਤਲਬ ਐਨਜਾਇਮੈਂਟ ਹੁੰਦਾ ਉਹ ਜਿਹੜੀ ਵਧੀਆ ਵੀ ਲੱਗਦਾ ਫੀਲਿੰਗ ਵੀ ਆਉਂਦੀ ਤੇ ਸਟੱਡੀ ਵੀ ਆ ਇੱਕ ਮਤਲਬ ਕੁਝ ਕ੍ਰੀਏਟ ਕਰਨਾ ਟੈਕ ਵਾਲਾ ਸਟੱਡੀ ਵੀ ਆ ਤੇ ਗਾਇਸ ਐਨਜਾਇਮੈਂਟ ਐ ਕੋਈ ਫੋਨ ਨਹੀਂ ਆਇਆ ਮਤਲਬ ਬਨੇਸੋ ਵੀ ਤੁਹਾਡੀ ਉਮਰ ਦੇ ਬੱਚੇ ਜ਼ਿਆਦਾਤਰ ਮੋਬਾਈਲ 'ਚ ਗੇਮ ਖੇਡਦੇ ਨੇ ਜਾਂ ਟੀਵੀ ਜਿਆਦਾ ਵੇਖਦੇ ਨੇ ਜਾਂ ਬਾਹਰ ਖੇਡਦੇ ਨੇ ਤੁਹਾਨੂੰ ਵੀ ਜਿਹੇ ਸ਼ੌਂਕ ਹੈਗੇ ਨੇ ਨਹੀਂ ਲੱਗ ਕੁਝ ਟੈਕ ਦਾ ਕਰਨਾ ਕੋਈ ਟੈਕ ਦਾ ਸਿੱਖਣਾ ਜਾਂ ਕੁਝ ਵੀ ਮਤਲਬ ਜੋ ਵੀ ਟੇਕਿਆ ਉਹ ਬੈਸਟ ਹੈ ਮਤਲਬ ਕਿ ਨਾ ਉਹ ਗੇਮਿੰਗ ਠੀਕ ਹੈ ਇਸ ਲੈਵਲ ਦੀ ਠੀਕ ਹੈ ਮੇਰੇ ਸੋਪੀ ਇਹਦਾ ਪ੍ਰਾਈਸ ਕੀ ਹੈਗਾ ਇਸ ਪਾਵਰ ਬੈਂਕ ਦਾ ਜਿਹੜਾ ਤੁਸੀਂ ਬਣਾ ਰਹੇ ਹੋ ਕੀ ਇਹਦਾ ਪ੍ਰਾਈਸ ਰੱਖਿਆ ਮਾਰਕੀਟ 'ਚ ਇਹਦਾ ਵੈਲਿਊ ਕੀ ਨਹੀਂ ਹੈਗੀ ਪ੍ਰਾਈਸ ਮਾਰਕੀਟ 'ਚ ਇਹਦੇ ਨੋਰਮਲ ਪਾਵਰ ਬੈਂਕ ਕਿਆ ਇੰਨੀ ਰੇਂਜ ਵਿੱਚ 10000 mAh ਹੈ ਤੇ ਨੋਰਮਲ ਫੋਨ ਚਾਰਜ ਕਰਨ ਵਾਲੇ ਉਹ 1200 ਤੋਂ 1800 mAh ਠੀਕ ਹੈ 1200 ਤੋਂ 1800 ਪ੍ਰਾਈਸ ਵਿੱਚ ਬਟ ਇਹ ਜਿਹੜਾ ਪਾਵਰ ਬੈਂਕ ਕਿਆ ਕਿਸਾਨਾਂ ਲਈ ਤੇ ਟੋਟਲੀ ਫ੍ਰੀ ਵਾ ਬਟ ਜਿਹੜੇ ਨੋਰਮਲ ਸਿਟੀਜ਼ਨ ਵੀ ਜੇ ਲਾਣਾ ਚਾਹੁੰਦੇ ਨੇ ਮਤਲਬ ਜਿਨ੍ਹਾਂ ਦਾ ਬੰਨਿਆ ਇਹ ਨੋਰਮਲ ਫੋਰੇਬਲ ਵੀ ਅਬਾਤ ਮਨੁਸਬੀ ਇਹ ਜਿਹੜਾ ਤੁਸੀਂ ਪਾਵਰ ਬੈਂਕ ਦਾ ਜਿਹੜਾ ਕੇਸੱਖਿਆ ਬਹੁਤ ਹੀ ਵੱਖਰੀ ਤਰੀਕੇ ਨਾਲ ਕਿਹੜਾ ਕਹਿੰਦੇ ਫੌਜੀਆ ਦਾ ਜਿਹੜੀ ਹੈ ਯੂਨੀਫਾਰਮ ਦਾ ਕਲਰ ਰੱਖਿਆ ਵਾ ਇਹ ਕਿਸ ਤਰ੍ਹਾਂ ਦਾ ਡਿਜ਼ਾਈਨ ਆਇਆ ਜੀ ਹਾਂ ਜੀ ਤਾਂ ਇਸ ਪਾਵਰ ਬੈਂਕ ਦਾ ਨਾਮ ਆਈ ਕਿਸਾਨ ਆ ਇਨੋਵੇਟਿਵ ਕਿਸਾਨ ਪਰ ਇਹਦਾ ਜਿਹੜੇ ਥੀਮ ਆ ਉਹ ਜਿਹੜਾ ਜਵਾਨ ਜਿਹੇ ਕਿਸਾਨ ਆ ਜਿਹੜੀ ਜਵਾਨ ਦੀ ਹਿੰਮਤ ਹੁੰਦੀ ਆ ਉਹਦਾ ਹੌਸਲਾ ਹੁੰਦਾ ਜਿਹੜੀ ਉਹਦੇ ਤਾਕਤ ਹੁੰਦੀ ਤੇ ਹਮੇਸ਼ਾ ਬੋਟੇ ਖੜਾ ਰਹਿੰਦਾ ਚ ਬਾਰਿਸ਼ ਹੋ ਜਾਏ ਬਰਫ ਹੋ ਜਾਏ ਕੁਛ ਵੀ ਹੋ ਜਾਏ ਤੇ ਕਿਸਾਨਾਂ ਤੇ ਵੀ ਉਹ ਹਿੰਮਤ ਹੁੰਦੀ ਉਹਨੂੰ ਪਤਾ ਨਹੀਂ ਆਪਣੀ ਫਸਲ ऑल वन थे सीजनल एवरी सीजनल ले आए मतलब सदाबहार हमेशा ही मतलब तेरी मजबूती अंदरो हानु पता ही बिल्ड अप किया ते मतलब उन्ना ਵਰਗੋਂ ਆ ਜਿਹੜੇ ਸਭ ਤੋਂ ਸਟਰੋਂਗੇਸਟ ਕੰਟਰੀ ਠੀਕ ਹੈ ਮੀਨੂ ਐਸਓਪੀ ਜਿਹੜੇ ਵੱਡੀ ਤਦਾਦ ਦੇ ਜਿਹੜੇ ਕਿਸਾਨ ਵੀਰ ਨੇ ਉਸੇ ਤਣਾਭਸ਼ੰਕਰ ਰਹੇ ਨੇ ਪਰ ਮੋਦੀ ਸਰਕਾਰ ਜਿਹੜੀ ਆ ਹਜੇ ਵੀ ਉਹ ਜਿਹੜੀ ਬਿੱਲ ਰੱਦ ਨਹੀਂ ਕਰ ਲਈ ਕੀ ਕਹਿਣਾ ਚਾਹੋਗੇ ਇਸ ਬੰਦੇ ਦੇ ਜਦੋਂ ਕਿਸਾਨ ਮжоਰਟੀ ਵਿੱਚ ਗਿਆ ਤੇ ہمیشہ ਸਹੀ ਆ ਉਹ ਜੋ ਵੀ ਨਾਲ ਮੁੰਦੇ ਸਹੀ ਹੈ ਉਹ ਕੁਝ ਗਲਤੀ ਨਹੀਂ ਆ। ਕਲੀਅਰ ਹੈ ਸਭ ਕੁਝ। ਤੇ ਮੰਨ ਜਾਣਾ ਚਾਹੀਦਾ ਉਹਨੂੰ। ਹੁਣ ਤੇ ਮਤਲਬ ਮੰਨ ਜਾਣਾ ਚਾਹੀਦਾ। ਇਨੀ ਸ਼ੈਦਾ ਹੋ ਗਿਆ, ਇਨੀ ਮੋਤਾਂ ਹੋ ਗਿਆ। ਹੁਣ ਮੰਨ ਜਾਣਾ ਚਾਹੀਦਾ। ਹੁਣ ਵੀ ਠੀਕ ਹੈ। ਕੀ ਕਰਾ ਜਾਓਗੇ ਮਹंगाई ਨੂੰ ਲੈ ਕੇ ਦਿਨੋਂ ਦਿਨ ਗੈਸ ਅੰਡਰ ਮਹਿੰਗਾ ਹੋ ਰਿਹਾ ਵਾ, ਡੀਲ ਪੈਟਰੋਲ ਮਹਿੰਗਾ ਹੋ ਰਿਹਾ ਵਾ। ਆਮ ਲੋਕਾਂ ਜਿਹੜਾ ਵਾ ਉਹ ਲੱਕ ਟੁੱਟ ਰਿਹਾ ਵਾ। ਕੀ ਕਰਨੇ ਜਾਓਗੇ ਸਭ? ਹਾਂ ਜੀ ਤਾਂ ਇਸ ਦੌਰ ਵਿੱਚ ਸਾਰੇ ਈ ਕਨਵਰਜਨ ਵਿੱਚ ਉਹ ਹੁੰਦੇ, ਕਨਵਰਟ ਹੁੰਦੇ। ਜਿਹੜੇ ਗੈਸ ਪੈਟਰੋਲ ਛੜਕੇ ਉਹ ਸਭ ਛੜਕੇ। ਇੱਦਾਂ ਦੇ ਦੌਰ ਇ ਈ ਵਾਲ ਜਾਂਦੇ ਆ ਪ੍ਰੈਜ਼ੈਂਟ ਵਹਦਿ ਦੇ ਇਚ ਵੀ ਉਸ ਕੀਤੀ ਇਹ ਲਿਥੀਅਮ ਆਨ ਬੈਟਰੀ ਇਹ ਵੀ ਹੁੰਦੇ ਪ੍ਰੈਜ਼ੈਂਟ ਬਜਟ ਹੈ ਇਹ ਚ ਵਿਦਾਇਤੀ ਗਿਆ ਤੇ ਹੁੰਦੇ ਗੈਸ ਪੈਟਰੋਲ ਆ ਪੈਟਰੋਲ ਦਾ ਵੀ ਆਲਟਰਨੇਟਿਵ ਲੱਭ ਲਿਆ ਕਿ ਪੈਟਰੋਲ ਨੂੰ ਬਾਈਕ ਆਊਟ ਕਰ ਦੋ ਮਹਿੰਗਾ ਹੁੰਦਾ ਇਸਟਡ ਨਹੀਂ ਚਾਹੀਦਾ ਜੇ ਨਹੀਂ ਚਾਹੀਦਾ ਹੱਡੀ ਮਰਜੀ ਆ ਹੁੰਦੀ ਗਵਰਨਮੈਂਟ ਫੋਰਸ ਤੇ ਹੁੰਦਾ ਨਹੀਂ ਤੇ ਉਹਦਾ ਅਲਟਰਨੇਟਿਵ ਲੱਭਿਆ এপ্রিল ਮਤਲਬ ਐਂਡ ਤੱਕ ਆ ਜਾਣਾ ਉਹ ਜਿਹੜਾ ਈ ਕਨਵਰਸ਼ਨ ਕਿਟ ਆ ਈ ਕਨਵਰਸ਼ਨ ਮਾਰਕੀਟ ਚ ਤੇ ਅਵੇਲੇਬਲ ਹੈਗਾ ਵਾ ਬਟ ਉਹ ਮਤਲਬ 17000 ਤੋਂ 18000 ਦੇ ਕਿਟ ਜਿਹੜੀ ਕਿ ਲਈ ਸਾਈਕਲ ਦੀ ਆ ਤੇ ਬਾਈਕਸ ਜਿਆਦਾ ਮਹਿੰਗੀਆਂ ਮਤਲਬ ਜਿਹਨੇ ਪੈਟਰੋਲ ਨਹੀਂ ਲਾਣਾ ਉਹ ਕਿ ਲੋਗਾਂ ਨਹੀਂ ਮਹਿੰਗੀ ਤੇ ਉਹਨੋਂ ਸਸਤੇ ਪ੍ਰਾਈਸ ਤੇ ਮਿਲੂ ਗਰੰਟ ਹੈ ਕਿਟ ਜਿਹੜੀ ਉਹ ਅਪ੍ਰੈਲ ਐਂਡ ਤੱਕ ਹੋ ਜੂਗੀ ਜੇ ਦੇਖੇ ਪ੍ਰਾਈਸ ਮਤਲਬ 3000 ਜੱਦ ਵੀ ਕੱਟੂਗਾ ਕਿਟ ਤੇ ਈ ਕਨਵਰਸ਼ਨ ਤੇ ਜੇ ਬਤਾਵਾ ਜੀ ਏਸੀ ਗੱਲ ਬਾਕੀ ਤੀ ਗਜੋਦਾਂ ਜਿਹੜੇ ਕੀ ਛੋਟੀ ਉਮਰੇ ਸ ਬੱਚੇ ਦੀ 14 ਸਾਲ ਦਾ ਪਰ ਕਹਿ ਸਕਦੇ ਆ ਵੀ ਇਸ ਵਿੱਚ ਜਜ਼ਬਾ ਬਹੁਤ ਆ ਜਰੂਰ ਬਹੁਤ ਆ ਕਿਸਾਨੀ ਸੰਘਰਸ਼ ਵਿੱਚ ਇਸ ਨੇ ਜਿਹੜੀ ਆ ਪਹਿਲਾ ਕਦਮੀ ਕੀਤੀ ਆ ਇਸ ਬੱਚੇ ਵੱਲੋਂ ਜਿਹੜੇ ਆ ਪਾਵਰ ਬੈਕ ਬਣਾ ਕੇ ਜਿਹੜੇ ਆ ਕਿਸਾਨਾਂ ਨੂੰ ਵੱਡੀ ਤਦਾਦ ਵਿੱਚ ਜਿਹੜੇ ਨੇ ਉਹ ਦਿੱਲੀ ਪਹੁੰਚਾਈ ਗਏ ਨੇ ਕਿਉਂਕਿ ਇਸ ਨੇ ਦੇਖਿਆ ਵੀ ਉੱਥੇ ਹਰ ਤਾਂ ਜਿਹੜੀ ਆ ਕਿਸਾਨਾਂ ਨੂੰ ਹਰ ਚੀਜ਼ ਜਿਹੜੀ ਸੁੱਤ ਮਿਲਦੀ ਆ ਰੋਟੀ ਪਾਣੀ ਜਿਹੜਾ ਰਹਿਣ ਵਾਸਤੇ ਜਿਹੜਾ ਬਾਤ ਕੱਪੜੇ ਜਿਹੜੇ ਤੱਕ ਸੁੱਤ ਮਿਲਦੀ ਆ ਪਰ ਦੇਖਿਆ ਵੀ ਮੋਬਾਈਲ ਜਿਹੜੇ ਚਾਰਜਿੰਗ ਦੀ ਉਹਦੀ ਸਿੱਧੀ ਜ਼ਿਆਦਾ ਵਿਵਿਧ ਹਨ ਦੋ ਦੋ ਮਹੀਨੇ ਜਿਹੜਾ ਦੂਰ ਰਹੇਗੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾਰੀ ਉਹਨਾਂ ਸੋਚਿਆ ਵੀ ਇਹ ਜਿਹੜੇ ਪਾਵਰ ਬੈਂਕ ਬਣਾ ਕੇ ਆਪਣੇ ਪਰਿਵਾਰਾਂ ਜਿਹੜੀਆਂ ਗੱਲਬਾਤ ਕਰ ਸਕਣ ਅਤੇ ਇੱਕ ਦੂਜੇ ਦਾ ਜਿਹੜੀ ਆសុខਾਨਪੁਰਸ਼ ਕਰਨ ਦੇਖੋ ਗੱਲਬਾਤ ਕਰਾਂਗੇ ਜੋਤ ਦੇ ਪਿਤਾ ਸਾਡੇ ਨਾਲ ਹਾਣੀ ਸਾਹਿਬ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਜੀ ਏਕਮ ਟੀਵੀ ਤੁਹਾਡਾ ਹਾਂਜੀ ਏਕਮ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਹਾਂਜੀ ਇਹ ਉਸ ਵੀ ਕਿਸ ਤਰ੍ਹਾਂ ਜਾਇਹਨ ਚਾਇਆ ਜਿਹੜਾ ਪਾਵਰ ਬੈਂਕ ਤਿਆਰ ਕਰ ਰਿਹਾ ਗੁਰਜੋਤ ਉਮਰ ਬਹੁਤ ਛੋਟੀ ਇਸ ਬੱਚੇ ਦੀ ਕਿਸ ਤਰ੍ਹਾਂ ਜਿਹੜੀ ਮ ਇਹ ਵੇਖੋ ਜੀ ਜਦੋਂ ਤੋਂ ਜਾ ਰਹੇ ਆ ਮਤਲਬ ਇਹ ਆਪਣੇ ਬਚਪਨ ਤੋਂ ਕੀ ਕਰਦਾ ਸੀ ਜਦੋਂ ਇਹਦੇ ਘੜਖਣਾ ਨੇ ਖਰਾਬ ਹੋ ਜਾਂਦੇ ਸੀ ਜਦੋਂ 5-6 ਸਾਲ ਦਾ ਸੀ ਹੋਸ ਸੰਭਾਲੀ ਨੇ ਉਦੋਂ ਕੀ ਕਰਦਾ ਸੀ ਉਦੋਂ ਤਾਂ ਪੇਚਕਸ ਖੋਲ ਕੇ ਦੇਖਦਾ ਸੀ ਉਹਦੇ ਅੰਦਰ ਕੀ ਹੈ ਮੋਟਰ ਕਿਉਂ ਰੁਕ ਗਈ ਹੈ ਮੇਰੀ ਕਾਰ ਕਿਉਂ ਨਹੀਂ ਚੱਲ ਰਹੀ ਤੇ ਉਦੋਂ ਤੋਂ ਇਹਦੇ ਅੰਦਰ ਹੈਗਾ ਸੀ ਮੈਨੂੰ ਰੋਕਦਾ ਨਹੀਂ ਸੀ ਮੈਨੂੰ ਸਭ ਕੋ ਇਨਕਰੇਜ ਕਰਦਾ ਸੀ ਕਿ ਚਲੋ ਕੋਈ ਨਾ ਕੋਈ ਅੰਦਰੋਂ ਕੱਢੂ ਕੋਈ ਨਾਲ ਨੂੰ ਪਤਾ ਲੁ ਕੋ ਮਕੈਨਿਜ਼ਮ ਕੀ ਕਰਦਾ ਇਹਦੇ ਅੰਦਰ ਕੋਈ ਇਹ ਜਾਦੂ ਨਾ ਨਹੀਂ ਚੱਲ ਰਹੀ ਕਾਰ ਹੈ ਹੈਲੀਕਾਪਟਰ ਜਿਹੜਾ ਆਰਡਰ ਹੈ ਛੋਟਾ ਜਿਹਾ ਤੇ ਉਹ ਉਦੋਂ ਤੋਂ ਚੱਲੂਏ ਤੇ ਹੁ ਆਦੀ ਨਾ ਕਿ ਨਹੀਂ ਅੱਜ ਠੰਡਿਆ بارش ਪੈਣ ਵਾਲੀ ਜੀ ਤਾਂ ਪਿੱਛੇ ਠੰਡ ਦਾ ਅੰਕੇ ਗਈ ਆ ਫਿਰ ਵੀ ਨਾਲ ਜਾਂਦੇ ਹੁੰਦੇ ਸੀ ਹੁਣ ਹੁਣ ਪਰਸੋਂ ਵੀ ਉੱਥੇ ਅਸੀਂ ਬਿਠੇ ਇੰਨੇ ਜਾਈ ਗੱਲ ਦੇਖੀ ਕਿ ਉਹਨਾਂ ਦੀ ਸਭ ਤੋਂ ਡੀਬ ਉਹਨਾਂ ਦੀ ਪ੍ਰੋਬਲਮ ਕੀ ਆ ਰਹੀ ਹੈ ਜਿਹੜੀ ਕਿਸਾਨਾਂ ਨੂੰ ਤੇ ਇਹਦੀ ਆ ਰਹੀ ਹੈ ਕਨੈਕਟੀਵਿਟੀ ਦੀ ਕਿਉਂਕਿ ਅਸੀਂ ਜਦੋਂ ਜਾਂਦੇ ਸੀ ਕਈ ਵਾਰ ਸਾਨੂੰ ਕਿਸਾਨ ਕਈ ਕਹਿ ਦਿੰਦੇ ਸੀ ਕਿ ਪਾਜੀ ਆ ਫੋਨ ਮਲਾਇਓ ਜੀ ਪਰਚੀ ਲੈ ਕੇ ਨਾ ਫੋਨ ਨੰਬਰ ਕਰਦਾ ਨੰਬਰ ਲੇ ਕੇ ਕਿ ਮੇਰਾ ਫੋਨ ਨਹੀਂ ਲੱਗ ਰਿਹਾ ਮੇਰਾ ਫੋਨ ਫੋਨ ਡੈਡ ਹੋਇਆ ਪਿਆ ਚਾਰਜ ਨਹੀਂ ਹੋਇਆ ਉਹ ਜਿਹੜੇ ਕਿਸਾਨ ਜਿਹੜੇ 5 500 ਕਿਲੋਮੀਟਰ ਦੂਰ ਜਾ ਕੇ ਜਿਹੜੇ ਬਿਠੇ ਆ ਜਿਹੜੇ ਇਥੋਂ ਅੰਮ੍ਰਿਤਸਰੋਂ 500 ਕਿਲੋਮੀਟਰ ਦੂਰ ਦਿੱਲੀ ਪਿੰਦਾ ਤੇ ਉਹ ਫਿਰ ਉਹਨਾਂ ਦੀ ਕਿਤੇ ਨਾ ਕਿਤੇ ਘਰਦਿਆਂ ਨੂੰ ਫਿਕਰ ਹੁੰਦੀ ਉਹਨਾਂ ਨੂੰ ਵੀ ਘਰਦਿਆਂ ਦੀ ਫਿਕਰ ਹੁੰਦੀ ਹੈ ਕਿ ਘਰੋਂ ਕੋਈ ਸਣਾ ਕੋਈ ਗੱਲਬਾਤ ਸਭ ਠੀਕ ਠਾਕ ਹੋਣ ਉਹ ਸੁੱਖ ਸ਼ਾਂਤ ਪੁੱਛਦੇ ਰਹਿਣ ਘਰਦਿਆਂ ਦੀ ਸਾਰੀ ਉਸ ਕਰਕੇ ਸੋਚਿਆ ਕਿ ਇਹਨਾਂ ਦੀ ਕਨੈਕਟੀਵਿਟੀ ਟੁੱਟਣੀ ਨਹੀਂ ਚਾਹੀਦੀ ਤੇ ਅਸੀਂ ਇਹਨਾਂ ਨੂੰ ਪਾਵਰ ਬੈਂਕ ਜਿਹੜਾ ਬਣਾ ਕੇ ਦੇ ਸਕੀਏ ਤਾਂ ਕਿ ਇਹਨਾਂ ਦੇ ਫੋਨ ਜਿਹੜੇ ਹਮੇਸ਼ਾ ਇਹ ਰਣ ਚਾਰਜ ਰਹਿਣ ਤੇ ਘਟੋ ਘਟ ਇੱਕ ਯੂਨਿਟ ਵਿੱਚ ਸਾਡਾ ਹੈ ਇਸ ਤੋਂ ਪਹਿਲਾਂ ਹੁਣ ਤੱਕ ਜਿਹੜੇ ਬਣਾਏਗੇ ਗੁਰੂਤਪੁਰ ਪਾਵਰ ਬੈਂਕ ਕਿੰਨੇ ਪਾਵਰ ਬੈਂਕ ਜਿਹੜੇ ਵਰਤ ਤੋਂ ਕਰ ਚੁੱਕੇ ਨੇ ਕਿੱਥੇ ਕਿੱਥੇ ਤੁਸੀਂ ਦੇ ਚੁੱਕੇ ਹੁੰਦੇ ਹੁਣ ਦੇਖੋ ਜੀ ਇਹਦੀ ਬਣਾਉਣ ਦੀ ਪ੍ਰੋਸੈਸ ਬਹੁਤ ਸਲੋ ਆ ਸਾਡੇ ਕਿਉਂਕਿ ਤੁਸੀਂ ਸਾਰਾ ਦੇਖਿਆ ਹੋਣਾ ਹੀ ਮੈਨੂਅਲ ਬਣਾ ਰਹੇ ਆ ਜੀ ਕੋਈ ਸਾਨੂੰ ਮਸ਼ੀਨ ਨਹੀਂ ਹੈਗੀ ਸਾਡਕੋ ਪ੍ਰੋਫੈਸ਼ਨਲ ਇਕੁਪਮੈਂਟ ਨਹੀਂ ਬਣਾਉਣੇ ਅਸੀਂ ਆਪ ਹੀ ਆਪਣੇ ਹੱਥਾਂ ਨਾਲ ਬਣਾ ਰਹੇ ਸਭ ਕੁਝ ਔਰ ਇੱਕ ਇੱਕ ਚੀਜ਼ ਕੱਲੀ ਕੱਲੀ ਚੀਜ਼ ਅੜੇ ਤੋਂ ਲੰਗਦੀ ਆ ਤੇ ਸਾਨੂੰ ਪਤਾ ਕਿ ਅਸੀਂ ਉਹਨੂੰ ਕਰਕੇ ਦੇਖਦੇ ਆ ਕਿ ਹਿੱਲ ਨਾ ਜਾਵੇ ਮਤਲਬ ਠੀਕ ਰਵੇ ਇਹਦੀ ਡਿਊਰਬਿਲਟੀ ਵੀ ਦੇਖਣੀ ਆਹੀਂ ਤੇ ਕੋਈ ਸ਼ਾਰਟ ਪ੍ਰੂਫ ਹੋਵੇ ਮਤਲਬ ਕਿ ਸ਼ਾਰਟ ਸਰਕਟ ਨਾ ਹੋਵੇ ਉਹ ਸਭ ਚੀਜ਼ਾਂ ਦੇਖ ਕੇ ਬਣਾ ਰਹੇ ਤੇ ਹੁਣ ਅਸੀਂ ਕੀ ਕੀਤਾ ਹੁਣ ਅਸੀਂ 3 ਤੋਂ 4 ਬਣਾ ਸਕਦੇ ਆ ਮੈਕਸਮ ਮੈਕਸਮ 3 ਤੋਂ 4 ਉਹ ਵੀ ਕਿਉਂਕਿ ਹੱਥ ਹੱਤੀ ਕੰਮ ਕਰਨਾ ਪੈਂਦਾ ਤੇ ਉਹ ਅਸੀਂ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਹੋਰ ਹੋਰ ਇਹਨੂੰ ਤੇਜ਼ੀ ਨਾਲ ਵਧਾ ਸਕੀਏ ਤੇ ਵੱਧ ਤੋਂ ਵੱਧ ਜਿਹੜਾ ਇਹਦਾ ਘੱਟੋ ਘੱਟ 8 ਤੋਂ 10 ਮੋਬਾਈਲ 8 ਤੋਂ 10 ਚਾਰਜਰ ਜਿਹੜੇ ਬਣਾ ਸਕਦੇ ਆ ਅਸੀਂ ਆਉਣ ਵਾਲੇ ਦਿਨਾਂ ਚ ਠੀਕ ਹੈ ਜੀ ਜਦੋਂ ਲਈ ਵੀ ਕਿਹਾ ਗਿਆ ਵੀ ਜਿਹੜੇ ਕਿਸਾਨਾਂ ਵਾਸਤੇ ਜਿਹੜਾ ਇਹ ਫ੍ਰੀ ਬਿਲਕੁਲ ਰੱਖੇ ਗਏ ਨੇ ਕਿੰਨੀ ਕਿਸਾਈ ਦੇ ਵਿੱਚ ਹੈਗੀ ਜੀ ਇਹ ਕਿਸਾਨਾਂ ਵਾਸਤੇ ਫ੍ਰੀ ਹੈ ਜੀ ਮਤਲਬ ਸਾਰੇ ਕਿਸਾਨਾਂ ਵਾਸਤੇ ਨੇ ਕਿਉਂਕਿ ਪੰਜਾਬ ਤੇ ਸਾਰਾ ਕਿਸਾਨਾਂ ਦਾ ਹੀ ਆ ਇਹ ਹੈਗਾ ਕਿ ਜਿਹੜੇ ਅੰਦੋਲਨ ਜਿਹੜੇ ਅੰਦੋਲਨ ਕੇ ਸਾਰੇ ਕਿਸਾਨ ਜਿਹੜੇ ਜਾ ਰਹੇ ਆ ਹੁਣ ਇੱਕ ਇੱਕ ਟਰਾਲੀ ਜਿੱਦਾਂ ਪਿੰਡੋਂ ਜਾ ਰਹੀ ਹੈ ਕੱਟੋ-ਕੱਟ ਇੱਕ ਟਰਾਲੀ ਨੂੰ ਵੀ ਅਸੀਂ ਦੇ ਦਿੱਤਾ ਮਤਲਬ ਇਹਦਾ ਮਤਲਬ ਉਹ ਚ 8-8 ਤੋਂ 10 ਕਿਸਾਨ ਹੁੰਦੇ ਨੇ ਤੇ ਉਹ ਸਾਰੇ ਇੱਕ ਵਾਰ ਚ ਸਕਦੇ ਆ ਜਿਹੜਾ ਇੱਕ ਗਰੁੱਪ ਪਿੰਡੋਂ ਗਿਆ ਉਹ ਇੱਕ ਵਾਰ ਸਕਦਾ ਉਹਦਾਂ ਅਸੀਂ ਦੇ ਰਹੇ ਆ ਕਿ ਇੱਕ ਕੱਟੋ-ਕੱਟ ਇੱਕ ਉਹਨੂੰ ਹੀ ਇੱਕ ਯੂਨਿਟ ਕਿੰਨੇ ਆ ਕਿ ਇੱਕ ਯੂਨਿਟ ਆ ਕਿਸਾਨਾਂ ਦੀ ਉਹ ਅਸੀਂ ਚਾਹਨੇ ਕਿ ਹਰ ਯੂਨਿਟ ਪੰਜੜੀ ਹੈਗੀ ਜਿਹੜੀ ਪੰਜਾਬ ਤੋਂ ਜਾ ਰਹੀ ਬਿਲਕੁਲ ਐਸੋਪੀ ਪਰਿਵਾਰ ਦਾ ਕਿੰਨੀ ਸਪੋਰਟ ਹੋ ਰਹੀ ਹੈ ਇਸ ਕੰਮ ਵਿੱਚ ਕਿਉਂਕਿ ਪਰਿਵਾਰ ਦੀ ਇਹ ਸਪੋਰਟ ਬਿਨਾਂ ਇਹ ਕੰਮ ਹੁੰਦੇ ਨਹੀਂ ਹੈ ਕਿੰਨੇ ਕੇ ਸਾਰੇ ਪਰਿਵਾਰ ਦੇ ਹੈਲਪ ਕਰ ਦਿੰਦੇ ਨੇ ਲੀ ਪਰਵਾਰ ਪੂਰਾ ਸਪੋਰਟ ਕਰਦਾ ਜੀ ਪਰਵਾਰ ਦੇ ਸਾਰੇ ਜੀ ਛੋਟੇ-ਛੋਟੇ ਬੱਚੇ ਵੱਲੋਂ ਸਾਰੇ ਸਾਡੀ ਸਪੋਰਟ ਕਰਦੇ ਆ ਇਹ ਚੀਜ਼ ਜਿੰਦੋਂ ਜਿੱਥੋਂ ਜਿਹੜਾ ਕੰਮ ਲਈਏ ਕੋਈ ਜਿੱਦਾਂ ਜੀ ਇਹਦੇ ਨਾਲ ਕਟਿੰਗ ਦਾ ਕੰਮ ਹੋਣਾ ਉਹ ਮੈਨੂੰ ਕਰਨਾ ਪੈਂਦਾ ਕਿਉਂਕਿ ਉਹ ਆਰੀ ਜਿਹੜੀ ਚਲਾਉਣੀ ਫੇਰੇ ਆਰੀ ਇਹ ਕੋਈ ਨਹੀਂ ਚਲਦੀ ਵੱਡੀ ਆਰੀ ਹੈ ਉਹ ਆਰੀ ਵੀ ਫਿਰ ਮੈਂ ਚਲਾ ਲੈਂਦਾ ਕਿ ਛੋਟੇ ਨੂੰ ਕਿਹਨੂੰ ਕਿਨੂੰ ਰੇਤੀ ਮਾਰਨੀ ਜਿਹੜੀ ਇਹਦੀ ਫਿਨਿਸ਼ਿੰਗ ਜਿਹੜੀ ਕਰਨੀ ਆ ਸਾਈਡਾਂ ਤੋਂ ਜਿਹੜੀਆਂ ਕਟਲੀਆਂ ਦੀ ਬਿਲਕੁਲ ਗੁਲਾਈ ਕਰਨੀ ਉਹ ਫਿਨਿਸ਼ਿੰਗ ਫਿਰ ਉਹ ਪਰਿਵਾਰ ਨੂੰ ਛੋਟੇ ਬ੍ਰਦਰ ਆ ਉਹਨੂੰ ਕਹਿ ਦਿੰਦਾ ਮੇਰੀ ਵਾਈਫ ਹੈਗੀ ਮਿਸ ਮੇਰੇ ਸੁਪੀ ਜਰੂਰ ਤੇ ਕਿੰਨਾ ਕ ਸਮਾਂ ਲੱਗਦਾ ਜਿਹੜਾ ਇਹਨੂੰ ਟਾਈਮ ਲੱਗਦਾ ਵਾ ਕਿੰਨਾ ਕਿੰਨਾ ਕ ਟਾਈਮ ਇਹ ਜਿਹੜਾ ਇਹ ਕੰਮ ਕਰਦਾ ਵਾ ਬਲੌਂਜ ਜੇ ਬੈਂਕ ਪਾਵਰ ਇਹ ਜਦੋਂ ਦੀ ਵੇਖੋ ਕਦੀ ਦਾ ਸਵੇਰੇ ਜਾਗ ਜਾਂਦਾ ਜਦੋਂ ਉਦੋਂ ਉਦੋਂ ਸਵੇਰੇ ਲੱਗ ਜਾਂਦਾ ਹੁਣ ਕੱਲ ਰਾਤੀ 2:30 ਵੇ ਤੱਕ ਲੱਗਾ ਰਿਹਾ ਸੀ ਅਸੀਂ ਇਹਨੂੰ ਕਹਿੰਦੇ ਸੌਂ ਜਾ ਸੌਂ ਜਾ ਲਾਈਟ ਬੁਝਾਉਂਦੇ ਸੀ ਫੇਰ ਲੈਟ ਚਾਲੂ ਕਰ ਦਿੰਦਾ ਸੀ ਕਿ ਨਹੀਂ ਦੋ ਰਹਿ ਗਈ ਬਸ ਇੱਕ ਕਰ ਲੈੰਦੋ ਦੋ ਦੋ ਹੋਰ ਰਹਿ ਗਈ ਬਸ ਕਰ ਲੈੰਦੋ ਇਹ ਹੋਲਡਿੰਗ ਰਹਿ ਗਈ ਐਦਾਂ ਕਰਦੇ ਗੁਰਾਂਦੇ ਫੇਰ 2:30 ਵਜੇ ਤੱਕੇ ਨਾ ਫੇਰ ਸੌਆ ਕਿ ਨਹੀਂ ਸੌਂ ਜਾ ਸਿਲ ਕੋਈ ਗ ਤੇ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਥੋੜਾ ਜਿਹਾ ਜਿਹੜੀ ਹਲਕੀ ਫੁਲਕੀ ਜਿਹੜੀ ਕੋਈ ਮਸ਼ੀਨ ਇਹ ਚ ਜਿਹੜੀ ਕੋਈ ਕਟਿੰਗ ਮਸ਼ੀਨ ਛੋਟੀ ਲੈ ਆ ਕੇ ਇਹ ਕੁਝ ਕਰਕੇ ਤੇ ਕਰ ਸਕੀਏ ਤਾਂ ਕਿ ਫਾਸਟ ਹੋਵੇ ਕੰਮ ਕਿਉਂਕਿ 23 23 ਮਾਰਚ ਦਾ ਮਿਟੀਚਰ ਰੱਖਿਆ ਹੈ ਕਿ 23 ਮਾਰਚ ਤੱਕ ਅਸੀਂ ਜਾ ਕੇ ਅਸੀਂ ਆਪ ਦੇਖੇ ਆਉਣੇ ਆ ਕਿਸਾਨ ਵੀਰਾਂ ਨੂੰ ਵਤੋ ਵਤ ਇਥੋਂ ਹਾਂਜੀ ਠੀਕ ਹੈ ਮੈਨੂੰ ਐਸਓਪੀ ਗੁਰਜੋਤ ਵਿੱਚ ਸ਼ੁਰੂ ਤੋਂ ਇਸ ਤਰ੍ਹਾਂ ਦਾ ਜਿਹੜਾ ਕਿ ਜਨੂਨ ਸੀ ਕਿ ਜਾਂ ਕਿਸਾਨੀ ਸੰਘਰਸ਼ ਵਿੱਚ ਜਾਣ ਤੋਂ ਬਾਅਦ ਹੀ ਜਿਹੜਾ ਇਸ ਜਿਹੜਾ ਇਸ ਜਨੂਨ ਜਿਹੜਾ ਆਇਆ ਵਾ ਨੇ ਸ਼ੁਰੂ ਤੋਂ ਜੀ ਜਰੂਰ ਸ਼ੁਰੂ ਤੋਂ ਹੀ ਦੇ ਅੰਦਰ ਹੈਗਾ ਸੀ ਕਿ ਇਹ ਪਹਿਲੋਂ ਇਹ ਸੀ ਕਿ ਜਦੋਂ ਹੁਣ 14 ਸਾਲ ਦਾ ਹੈ ਜੋ 6 5 6 ਸਾਲ ਦਾ ਸੀ ਉਦੋਂ ਦੇ ਸੀ ਕਿ ਆਪਣੀ ਚੀਜ਼ ਆਪੇ ਕਰ ਲਈ ਰਿਪੇਅਰ ਕਰਨੀ ਫਿਰ ਇਹਨੂੰ ਹਰ ਚੀਜ਼ ਨੂੰ ਪਤਾ ਹੋਣੀ ਚਾਹੀਦੀ ਕਿ ਪੁੱਛ ਇਹਦੀ ਆਤ ਹਮੇਸ਼ਾ ਸਵਾਲ ਕਰਨ ਦੀ ਕਿ ਇਹ ਟੀਵੀ ਦੇ ਕਿਉਂ ਆ ਰਿਹਾ ਰੰਗ ਇਹ ਟੀਵੀ ਦੇ ਪਿਕਚਰ ਕਿਉਂ ਆ ਰਹੀ ਹੈ ਇਹਦੇ ਅੰਦਰ ਕੀ ਹੈ ਮਤਲਬ ਉਹ ਸਭ ਚੀਜ਼ਾਂ ਦੀ ਪੁੱਛਣ ਦੇ ਅਸੀਂ ਵੀ ਇਹਨੂੰ ਚਾਹੁੰਦੇ ਹਾਂ ਕਿ ਟੈਕਨੋਲੋਜੀ ਦੇ ਨਾਲ ਨਾਲ ਇਹਨੂੰ ਇੱਕ ਇਹਦੇ ਅੰਦਰ ਸੈਂਸਿਟੀਵਿਟੀ ਵੀ ਹੋਣੀ ਚਾਹੀਦੀ ਐਜ਼ ਅ ਹਿਊਮਨ ਹਿਊਮਨ ਬੀਿੰਗ ਅਰੇ ਇਹ ਦੇ ਜਿਹੜੇ ਆਪਣੇ ਜਿਹੜੇ ਰੱਬ ਨੇ ਸਾਨੂੰ ਮਨੁੱਖ ਬਣਾਇਆ ਤੇ ਮਨੁੱਖਤਾ ਵਾਲੀ ਸਾਰੀ ਗੱਲਾਂ ਸਾਡੇ ਚ ਹੋਣ ਜਿੱਦਾਂ ਉਹਦੇ ਅੰਦਰ ਇਹ ਆਪਣੇ ਜੈਂਡਰ ਸੈਂਸੇਟਾਈਜੇਸ਼ਨ ਆ ਜਾਂਦੀ ਆ ਕਿ ਮਹਿਲਾਵਾਂ ਦੀ ਇੱਜ਼ਤ ਕਰਨੀ ਉਹਨਾਂ ਦਾ ਮਾਨ ਸਤਕਾਰ ਕਰਨਾ ਉਹ ਵੀ ਚੀਜ਼ੇ ਦੇ ਅੰਦਰ ਹੋਵੇ ਤੇ ਹੋਰ ਜਿਹੜੀ ਚੀਜ਼ ਹੈ ਕਿ ਕਿਸੇ ਦਾ ਰੰਗ ਭੇਦ ਨਹੀਂ ਕਰਨਾ ਨਸਲ ਭੇਦ ਜਿਹੜੀ ਉਤੋਂ ਵੀ ਦੂਰ ਰਵੇ ਉਹ ਸਭ ਚੀਜ਼ਾਂ ਸੈਂਸਟਾਈਜੇਸ਼ਨ ਦੇ ਦੇ ਅੰਦਰ ਨਹੀਂ ਸ਼ੁਰੂ ਤੋਂ ਕੋਸ਼ਿਸ਼ ਕਰਦੇ ਨੇ ਕਿ ਪਰ ਪਈ ਜਾਈਏ ਤੇ ਉਹਦੇ ਨਾਲ ਫਿਰ ਇਹਦਾ ਇਹਦਾ ਦਿਲ ਉਹਦਾ ਫਿਰ ਸੈਂਸਟਿਵ ਹੁੰਦਾ ਗਿਆ ਤੇ ਹੁਣ ਕਿਸਾਨਾਂ ਦਾ ਫਿਰ ਦੇਖ ਕੇ ਕੋ ਰਿਆ ਨਹੀਂ ਗਿਆ ਫਿਰ ਉਹ ਸੈਂਸਿਟੀਵਿਟੀ ਕੇ ਦੇ ਨਾਲ ਕਿਤੇ ਬਾਹਰ ਆ ਗਈ ਤੇ ਹੁਣ ਇਹਨੇ ਚਾਲੂ ਕਰਤਾ ਆਪਣੇ ਹੱਤੀ ਇਹ ਕੰਮ ਕਰਨਾ ਮੈਨੂੰ ਐਸਓਪੀ ਕੇ ਦੱਸਿਆ ਤੁਸੀਂ ਵੀ ਕਿਸਾਨਾਂ ਨੂੰ ਜਿਹੜੇ ਵੀਰਾਂ ਨੂੰ ਜਿਹੜੇ ਸੰਘਰਸ਼ ਕਰ ਰਹੇ ਨੇ ਦਿਲੀ ਵਿੱਚ ਉਹਨਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਜਿਹੜੇ ਆਮ ਲੋਕਾਂ ਨੇ ਤੁਹਾਡੇ ਕੋਲ ਜਿਹੜੇ ਲੈਣਾ ਹੋਵੇ ਤੇ ਕਿੰਨੇ ਦਾ ਤੁਸੀਂ ਕਾਸ ਲਗਾ ਆਮ ਲੋਕਾਂ ਦੇ ਕੋਲ ਮਾਰਕੀਟ ਰੇਟ ਹੈਗਾ ਜਿਹੜਾ 1200 ਤੋਂ 1500 1800 ਦਾ ਰੇਂਜ ਵਿੱਚ ਆਉਂਦਾ ਜਿਹੜਾ 10000 ਰੁਪਏ ਵਿੱਚ ਦਾ ਜਿਹੜਾ ਆਉਂਦਾ ਵਾ ਅਸੀਂ ਇਹਦਾ ਕੀ ਕਰਦੇ ਸਾਡਾ ਕੋਸਟਿੰਗ ਸਾਨੂੰ ਜਿਹੜੀ ਕੋਸਟਿੰਗ ਪੈ ਰਹੀ ਹੈ 450 ਦੀ ਕੋਸਟਿੰਗ ਪੈ ਰਹੀ ਹੈ ਤੇ ਅਸੀਂ ਆਮ ਲੋਕ ਜਿਹੜੇ ਕੋਈ ਆਉਣਗੇ ਉਹਨੂੰ ਕੋਸਟਿੰਗ ਕੋਸਟਿੰਗ ਨਹੀਂ ਦੇ ਸਕਦੇ ਆ ਮਤਲਬ 500 ਤੱਕ 450 500 ਦੇ ਵਿੱਚ ਅਸੀਂ ਦੇ ਸਕਦੇ ਆ ਕਿਉਂਕਿ ਉਹ ਚੋ ਵੀ ਜਿਹੜਾ ਅਸੀਂ ਥੋੜਾ ਪ੍ਰੋਫਿਟ ਜਿਹੜਾ ਕਮਾਵਾਂਗੇ 40 50 ਰੁਪਏ ਦਾ ਉਹ ਸੀ ਇਹਦੇ ਕੰਮ ਹੀ ਆਉਣਾ ਕਿਸਾਨਾਂ ਦੇ ਕੰਮ ਆਉਣਾ ਕਿਉਂਕਿ ਉਹ ਅਸੀਂ ਫਿਰ ਨਸੀ ਹੋਰ ਆਰੰਡੀ ਕਰ ਰਿਹਾ ਕਿ ਉਹਨਾਂ ਦੇ ਹੋਰ ਜੀਵਨ ਸੁਖਾਵਾਂ ਬਣਾਉਣ ਲਈ ਕਿਉਂਕਿ ਹੁਣ ਕੀ ਚੀਜ਼ ਹੋ ਰਹੀ ਹੈ ਕਿ ਪੂਰੇ ਵਿਸ਼ਵ ਭਰ ਚ ਤੇਲ ਦੀ ਕੀਮਤਾਂ ਜਿੰਦਾ ਸਸਤੀਆਂ ਡੀਜ਼ਲ ਪੈਟਰੋਲ ਗੈਸ ਦੀ ਕੀਮਤਾਂ ਸਸਤੀਆਂ ਪਰ ਸਿਰਫ ਇੱਥੇ ਵੱਜ ਰਹੀ ਹੈ ਬਿਜਲੀ ਵੀ ਜਿਹੜੀ ਉਹ ਕੋਈ ਇਹ ਕੋਲਾ ਜਿਹੜਾ 40% ਪਿਛਲੇ 4 ਸਾਲਾਂ ਚ ਸਸਤਾ ਹੋਇਆ ਤੇ 40% ਬਿਜਲੀ ਨਾਲ ਮਹਿੰਗੀ ਕਰਤੀ ਹੈ ਪਿੱਛੋਂ ਇਹ ਸਾਰੇ ਸਟੇਟਾਂ ਚ ਹੋ ਰਿਹਾ ਜਿੱਥੇ ਇਥੇ ਅਸਾਮ ਕਰਨਾਟਕਾ ਤੇ ਤਾਮਿਲਨਾਡੂ ਨਾਲੋਂ ਮਹਾਰਾਸ਼ਟਰ ਨਾਲੋਂ ਉਹ ਮਹਿੰਗੀ ਹੋ ਰਹੀ ਬਿਜਲੀ ਤੇ ਹਰ ਦੂਜੇ ਘਰ ਚ ਤੁਸੀਂ ਅੱਜ ਬਿੱਲ ਮਾਰ ਲਓ ਜਾ ਕੇ ਬੂਆ ਖੜਕਾ ਲਓ ਉਹਨ ਆਪਣਾ ਇਨਕਮ ਡਿੱਗੀ ਹੋਈ ਹੈ ਤੇ ਫਾਈਨੈਂਸ਼ੀਅਲ ਲੈਵਲ ਖੁਸ਼ ਨਹੀਂ ਹੈ ਬੰਦਾ ਇਹ ਹੱਥ ਕੁੱਟ ਕੇ ਚੱਲ ਰਿਹਾ ਬੰਦਾ ਅਸੀਂ ਉਹ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਆਮ ਲੋਕ ਜਿਹੜੇ ਸਾਡੀ ਟੈਕਨੋਲੋਜੀ ਤੋਂ ਇਸਤੇਮਾਲ ਕਰ ਸਕਣ ਜਿਹਨਾਂ ਸੋਲਰ ਕੁੱਕਰ ਲਿਆ ਰਹੇ ਆ ਇਹ ਕਨਵਰਜਨ ਕਿਟ ਨੇ ਕੀ ਆ ਜਿਹੜੀ ਕਿ ਬਾਈਕਾਂ ਆਪਣੀ ਮੋਟਰਸਾਈਕਲ ਖਿਲਾੜ ਕੇ ਤੇ ਮੋਟਰਸਾਈਕਲ ਜਿਹੜੀ ਉਹ ਬੈਟਰੀ ਚੱਲਿਆ ਕਰਨ ਛੋਟੀ ਬੈਟਰੀ ਮੋਟਰਸਾਈਕਲ ਤੇ ਲੱਗ ਜਿਹੜੀ ਉਹਦਾਂ ਚੱਲੇ ਛੋਟੀ ਮੋਟਰ ਨਾਲ ਉਹ ਚੀਜ਼ਾਂ ਤੇ ਸੋਲਰ ਕੁੱਕਰ ਆ ਜੇ ਤੇ ਕਿਸਾਨਾਂ ਨੂੰ ਇਹ ਕਹਾਰੇ ਕਿ ਡੀਜ਼ਲ ਜਿਹੜਾ ਕਰਨਾ ਤੁਸੀਂ ਤੁਸੀਂ ਪੂਲਿੰਗ ਸਿਸਟਮ ਚਾਲੂ ਕਰੋ ਤੁਸੀਂ ਨਾ ਇਹ ਆਪੋਜੀਟ ਹੁੰਦਾ ਨਾ ਇੱਕ ਚੀਜ਼ ਦਾ ਕਿ ਇਹ ਇਹ ਹਨੇਰੇ ਦਾ ਉਜਾਲਾ ਹੁੰਦਾ ਉਦਾਂ ਹੀ ਕੈਪੀਟਲਿਜ਼ਮ ਜਿਹੜਾ ਹੁੰਦਾ ਨਾ ਪੂੰਜੀਵਾਦ ਪੂੰਜੀਵਾਦ ਦਾ ਆਪੋਜੀਟ ਕੀ ਹੁੰਦਾ ਕੋਆਪਰੇਟਿਵ ਜਿਹੜਾ ਆਪਣੇ ਕੋਆਰਡੀਨੇਸ਼ਨ ਹੁਣ ਅਸੀਂ ਜਿੰਨਾ ਕੋਆਪਰੇਟਿਵ ਤੇ ਕੋਆਰਡੀਨੇਸ਼ਨ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਚੱਲਾਂਗੇ ਉਹਨਾਂ ਪੂੰਜੀਵਾਦ ਨੂੰ ਹੀ ਹਰਾ ਸਕਦੇ ਆ ਆਪਣੀ ਲਕੀਰ ਨਹੀਂ ਲੰਬੀ ਖਿੱਚ ਲਾਂਗੇ ਤੇ ਕਿਉਂਕਿ ਇਹਨਾਂ ਲੋਕਾਂ ਨਾਲ ਹੀ ਮੱਥਾ ਲਾਈ ਜਾਵਾਂਗੇ ਕੋਈ ਫਾਇਦਾ ਨਹੀਂ ਉਹ ਤਾਂ ਕਿਸਾਨਾਂ ਨੂੰ ਹੀ ਕਹਿੰਨੇ ਕਿ ਤੁਸੀਂ ਇੱਕ ਪਿੰਡ ਤੋਂ ਜਦੋਂ ਜਾਣੀ ਹੁੰਦੀ ਸਬਜ਼ੀ ਜੇ ਪੰਜ ਕਿਸਾਨਾਂ ਦੀ ਸਬਜ਼ੀ ਜਾਣੀ ਥੋੜੀ ਥੋੜੀ ਪੰਜ ਟਰਾਲੀਆਂ ਇੱਕ ਇੱਕ ਪਿੰਡੋਂ ਮੰਡੀ ਜਾਣੀਆਂ ਤੁਸੀਂ ਇਹ ਸਲਾਹ ਕਰ ਲਿਆ ਕਰੋ ਕਿ ਜੇ ਸਾਰਾ ਮਾਲ ਇੱਕ ਮੰਡੀ 'ਚ ਆ ਸਕੇ ਤੇ ਉਹ ਕਿ ਇੱਕ ਟਰਾਲੀ 'ਚ ਆ ਜਾਏ ਤੇ ਇੱਕ ਟਰਾਲੀ ਖੜੋ ਇਦਾਂ ਵਾਰੋ ਵਾਰੀ ਵਾਰੀ ਮੰਨ ਲਓ ਅੱਜ ਸੱਜਨ ਸਿੰਘ ਦੀ ਵਾਰੀ ਕੱਲ ਗੱਜਨ ਸਿੰਘ ਦੀ ਵ ਟਰਾਲੀਆਂ ਚ ਮਾਲ ਇਦਾਂ ਲੈ ਕੇ ਜਾਓ ਤੇ ਉਹਦੇ ਨਾਲ ਵੀ ਡੀਜ਼ਲ ਦੀ ਬਹੁਤ ਥਾੜੀ ਬਚਤ ਹੋ ਸਕਦੀ ਹੈ ਤੇ ਉਹ ਪੈਸਾ ਤੇ ਹੋਰ ਕਿਤੇ ਆਪਣੇ ਖਰਚ ਵਰਤ ਸਕਦੇ ਪੈਸਾ ਠੀਕ ਹੈ ਆਖਰੀ ਮੇਰਾ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਹਜੇ ਤੱਕ ਦੇਲੀ ਸੰਘਰਸ਼ ਵਿੱਚ ਨਹੀਂ ਜਾ ਚੁੱਕੇ ਜਾਂ ਕਿਸੇ ਤਰ੍ਹਾਂ ਕੋਈ ਆਪਣੇ ਪ੍ਰਵਾਦ ਜਿਹੜੇ ਨਹੀਂ ਬੇਸ ਗਏ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਹੀਂ ਜਾ ਸਕਦੇ ਵੇਖੋ ਜੀ ਕਾਫੀ ਲੋਕ ਹੈਗੇ ਜਿਹੜੇ ਨਹੀਂ ਜਾ ਸਕਗੇ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹ ਸੋਸ਼ਲ ਮੀਡੀਆ ਤੇ ਬੋਲ ਦਿੰਦੇ ਕਿ ਅਸੀਂ ਚਲੋ ਕਿਸਾਨਾਂ ਦੇ ਨਾਲ ਆਂ ਕੁਝ ਵੀ ਪਰ ਇਹ ਵਰਚੁਅਲ ਲੜਾਈ ਨਹੀਂ ਆ ਜ਼ਮੀਨ ਦੀ ਲੜਾਈ ਆ ਇਹ ਕਿ ਤਰ੍ਹਾਂ ਕਿਤੇ ਸਾਨੂੰ ਕੋਈ ਯੋਗਦਾਨ ਕੋਈ ਦੇਣਾ ਚਾਹੀਦਾ ਵਾ ਤੇ ਦੇਣਾ ਪੈਣਾ ਕਿਉਂਕਿ ਆਉਣ ਵਾਲਾ ਸਮੇਂ ਨਹੀਂ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ ਕਿਉਂਕਿ ਇਹ ਜਿਹੜੀ ਹੋਣ ਦੀ ਲੜਾਈ ਆ ਤੁਸੀਂ ਦੇਖੋ ਜਿਹੜੀ ਇੱਕ ਵਾਰ ਚੀਜ਼ ਜਿਹੜੀ ਕੋਰਪਰੇਟ ਦੇ ਹੱਥੇ ਵਿੱਚ ਚਲ ਗਈ ਜੇ ਅਨਾਜ ਦਾ ਭੰਡਾਰ ਜੇ ਉਹਦੇ ਕੋਲ ਚਲ ਗਿਆ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਆਉਣ ਵਾਲਾ ਸਮਾਂ ਸਾਡਾ ਕਿਹੋ ਜਿਹਾ ਆਉਣ ਵਾਲਾ ਫਿਰ ਉਹਨਾਂ ਆਪਾਂ ਅੱਜ ਆਪਾਂ ਖ਼ਬਰਾਂ ਪੜ੍ਹਦੇ ਹਾਂ ਜਿਹਦੋਂ ਸਵੇਰੇ ਖ਼ਬਰਾਂ ਪੜ੍ਹਦੇ ਹਾਂ ਕਿ ਇਹਦੀ ਵਾਲੀਆਂ ਖੋਈਆਂ ਗਈਆਂ ਕੋਈ ਬੀਬੀ ਜਾ ਰਹੀ ਸੈਰ ਕਰਨ ਕਿ ਇਹਦਾ ਮੋਬਾਈਲ ਖੋ ਕੇ ਭੱਜ ਗਿਆ ਮੋਟਰਸਾਈਕਲ ਖੋਇਆ ਗਿਆ ਜਾਂ ਗਨਪੁਆਇੰਟ ਤੇ ਕਾਰ ਖੋ ਕੇ ਭੱਜ ਗਈ ਆ ਰੁਕ ਜਾਓ 1.5 2 ਸਾਲ ਬਾਅਦ ਜੇ ਕਿਸਾਨ ਕੀ ਤੇ ਜੇ ਰੱਬ ਨਾ ਕਰੇ ਹਾਰ ਗਏ ਤੇ ਇਹੋ ਜਿਹਾ ਸਮਾਂ ਆ ਜਾਣਾ ਕਿ ਜਦੋਂ ਆਪਾਂ ਖ਼ਬਰ ਪੜਿਆ ਕਰਨੀ ਉਦੋਂ ਆਇਆ ਕਰਨਾ ਕਿ ਫਿਰ ਤੇ ਬੰਦੂਕ ਰੱਖ ਕੇ ਤੇ ਰੋਟੀ ਦਾ ਡੱਬਾ ਖੋ ਕੇ ਭੱਜ ਗਏ ਇਹ ਗੱਲਾਂ ਦਫ਼ਤਰਾਂ ਚ ਹੋਇਆ ਕਰਦੀਆਂ ਕਿ ਤੂੰ ਪਾਉ ਇਹ ਤੋਂ ਨਹਿਰ ਵਲ ਆਉਣਾ ਹੁੰਦਾ ਤੇ ਰੋਟੀ ਦਾ ਡੱਬਾ ਤੇਰੇ ਕੋਲ ਹੁੰਦਾ ਤੇ ਤੂੰ ਟਾਈਮ ਨਾ ਆਇਆ ਕਰ ਟਾਈਮ ਨਾ ਜਾਇਆ ਕਰ ਤੇ ਰੋਟੀ ਵਾਲਾ ਡੱਬਾ ਤੇ ਇਹਨਾਂ ਰਿਸਕ ਹੁੰਦਾ ਤੇਰੇ ਕੋਲ ਇਹ ਵੀ ਗੱਲਾਂ ਹੋਣ ਲੱਪਣੀਆਂ ਆ ਆਮ ਗੱਲਾਂ ਹੋ ਜਾਣੀਆਂ ਰੱਬ ਨਾ ਕਰੇ ਤਾਂ ਹੋਵੇ ਗੱਲ ਸੱਚੀ ਪਰ ਇਹ 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 ਆਉਣ ਵਾਲਾ ਸਮਾਂ ਹੁਣ ਇੱਕ ਖਤਰੇ ਦੀ ਘੰਟੀ ਵੱਜੰਡੀ ਆ ਤੇ ਹੁਣ ਵੀ ਜਾਗਣਾ ਚਾਹੀਦਾ ਕਿਉਂਕਿ ਜਿਹੜੇ ਹੁਣ ਵੀ ਜਿਹੜੇ ਘਰਾਂ ਚ ਬੰਦੇ ਬਿਠੇ ਉਹ ਜਾ ਕੇ ਵੇਖ ਲੋ ਤੁਸੀਂ ਕਿ ਇੱਕ ਛੋਟਾ ਜਿਹਾ ਐਗਜ਼ਾਮਪਲ ਤਾਂ ਦਿੰਨਾ ਮੈਂ ਕਿ ਜਲੀਆਂ ਵਾਲਾ ਬਾਗ ਜਦੋਂ ਆਪਾਂ ਜਾਣਦੇ ਆ ਜੋ ਦਰਬਾਰ ਸਾਹਿਬ ਵਾਲ ਜਾਈ ਉਥੇ ਆਪ ਜਾਣੇ ਜਿੱਦੋਂ ਯਾਦਗਾਰ ਬਣੀ ਹੈ ਉਥੇ ਪੁਰਾਣੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ 'ਚ ਹਿੰਦੂ ਸਿੱਖ ਮੁਸਲਮਾਨ ਸਾਰੇ ਪਰਿਵਾਰ ਜਿਹੜੇ ਅੰਗਰੇਜ਼ਾਂ ਨਾਲ ਲੜਦੇ ਹੋਏ ਜਿਹੜੇ ਉਹਨਾਂ ਨੇ ਉਹ ਉਥੇ ਸ਼ਾਂਤੀਪੁਰ ਜਿੱਦੋਂ ਚੱਲ ਰਿਹਾ ਸੀ ਉੱਥੇ ਗੋਲੀਆਂ ਚੱਲੀਆਂ ਸੀ ਸ਼ਹੀਦ ਹੋ ਗਏ ਸੀ ਉਹ ਚ ਜਦੋਂ ਨਾਮ ਜਿਹੜੇ ਲਿਖੇ ਅੱਜ ਵੀ ਉਹਨਾਂ ਦੇ ਪੁਰਖੇ ਜਿਹੜੇ ਜਾਂਦੇ ਉਹਨਾਂ ਦੇ ਪੁਰਪੋਤੇ ਉਹਨਾਂ ਦੇ ਉਹਨਾਂ ਦੇ ਪੋਤੇ ਜਿਹੜੇ ਉਹਨਾਂ ਦੇ ਟੱਬਰ ਵਾਲੇ ਅੱਗੇ ਉਹਨਾਂ ਦੇ ਖਾਨਦਾਨ ਦੇ ਉਹ ਮਾਣ ਨਾਲ ਆਪਣੇ ਉਂਗਲ ਰੱਖਿਆ ਆਪਣੇ ਆਪਣੇ ਪੁਰਖਿਆਂ ਦੇ ਉਹ ਦੱਸਦੇ ਕਿ ਇਹ ਜੀ ਮੇਰਾ ਦਾਦਾ ਸੀ ਇਹ ਮੇਰਾ ਪਰਦਾਦਾ ਸੀ ਆ ਮੇਰੀ ਦਾਦੀ ਸੀ ਜਿਹਦਾ ਨਾਮ ਜਦੋਂ ਜਨਰਲ ਡਾਇਰ ਨੇ ਕਿਹਾ ਸੀ ਨਾ ਫਾਇਰ ਤੇ ਉਦੋਂ ਮੇਰਾ ਦਾਦਾ ਵੀ ਪੁਲਿਸ ਚ ਹੁੰਦਾ ਸੀ ਤੇ ਉਦੋਂ ਉਹਨੇ ਵੀ ਗੋਲੀਆਂ ਚਲਾਈਆਂ ਉਹਨੇ 100 ਰੌਂਦ ਗੱਡੇ ਹੀ ਉਹਨੇ 50 ਰੌਂਦ ਕੋਈ ਬੰਦਾ ਵੇਖਿਆ ਅਜੇ ਤੱਕ ਤੁਸੀਂ ਮੈਂ ਨਹੀਂ ਵੇਖਿਆ ਕੋਈ ਬੰਦਾ ਕਹਦੇ ਕਿ ਉਦੋਂ ਮੇਰੇ ਦਾਦਾ ਪੁਲਿਸ ਹੁੰਦਾ ਸੀ ਥਾਣੇਦਾਰ ਹੁੰਦਾ ਸੀ ਜਿਹੜੀਆਂ ਲਬਗ ਡਿਊਟੀ ਹੁੰਦੀ ਸੀ ਉਹਦੀ ਜਦੋਂ ਗੋਲੀ ਚੱਲੀ ਇਹ ਚੀਜ਼ ਵੇਖ ਕੇ ਚਲੋ ਕਿ ਉਦੋਂ ਆਉਣ ਵਾਲਾ ਸਮਾਂ ਤੁਹਾਨੂੰ ਕਿੱਥੇ ਯਾਦ ਕਰੂਗਾ ਤੁਸੀਂ ਉਸ ਪਾਸੇ ਸੀ ਜਾਂ ਤੁਸੀਂ ਚੰਗਿਆਈ ਵਾਲੇ ਪਾਸੇ ਸੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇਹਸੀ ਗੱਲਬਾਤ ਕੀਤੀ ਗਰਜੋਦ ਦੇ ਪਿਤਾ ਨੇ ਤੇ ਗਰਜੋਦ ਨੇ ਕਿਉਂਕਿ ਗਰਜੋਦ ਦੇ ਅੱਜ ਜਿਹੜਾ ਕਿਸਾਨੀ ਸੰਗਠਨ ਵਿੱਚ ਇੱਕ ਵੱਖਰੀ ਤਰ੍ਹਾਂ ਜਿਹੜਾ ਨਾਮ ਲਿਖਾਇਆ ਗਿਆ ਵਾ ਅਤੇ ਜਦੋਂ ਵੀ ਕਿਤੇ ਨਾ ਸੰਗਠਨ ਵੀ ਲੋਕ ਚੇਤੇ ਕਰਨਗੇ ਤੇ ਗਰਜੋਦ ਦਾ ਜਿਹੜਾ ਨਾਮ ਵੀ ਇੱਕ ਐਮਰੋਲ ਆਏਗਾ ਕਿਉਂਕਿ ਬਹੁਤ ਛੋਟੀ ਉਮਰ ਵਿੱਚ ਗਰਜੋਦ ਨੇ ਜਿਹੜੇ ਪਾਵਰ ਬੈਂਕ ਬਣਾ ਕੇ ਜਿਹੜੇ ਕਿਸਾਨਾਂ ਵਾਸਤੇ ਜਿਹੜੀ ਕਬਡੀ ਜਿਹੜੀ ਮਦਦ ਕੀਤੀ ਗਈ ਹੈ ਅਤੇ ਉਸ ਦੇ ਲੋਕ ਕਿਹਾ ਗਿਆ ਵੀ ਕਿਸਾਨ ਜਿਹੜੇ ਨੇ ਆਪਣੀ ਦਿੱਲੀ ਵਾਸਤੇ ਜਿਹੜੇ ਸੰਘਰਸ਼ ਕਰ ਰਹੇ ਨੇ ਦਿੱਲੀ ਜਾ ਕੇ ਆਪਣੇ ਹੱਕਾਂ ਲਈ ਜਿਹੜੇ ਕਾਨੂੰਨਾਂ ਲਈ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕਾਫੀ ਮੁਸ਼ਕਲ ਆ ਉਪਰਵਾਸ ਨਾਲ ਗੱਲਬਾਤ ਕਰ ਸਕਣ ਅਤੇ ਇੱਕ ਦੂਜੇ ਦਾ ਹਾਲ ਚੈੱਕ ਕਰ ਸਕਦੇ ਹਨ ਅਮਰਸਰ ਤੋਂ ਇੱਕ ਕੰਟੀਵ ਲਈ ਖਰੀਦ ਕਰੇ ਵਾਲ ਦੀ ਖਾਸ ਰਿਪੋਰਟ